ਸਸਕਲ ਜੀ ਸਾਰਿਆਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀ ਜੀ ਅੱਜ ਆਪਾਂ ਪਿੰਡ ਕਲਾਸ ਪਹੁੰਚ ਚੁੱਕੇ ਹਾਂ ਬਾਈ ਜੱਗੇ ਹੋਣਾ ਕੋਲ ਜੀ। ਦੇਖੋ ਅੱਜ ਇਹਨਾਂ ਕੋਲ 600 ਦੇ ਲਗਭਗ ਛੋਟੀਆਂ ਮੱਝਾਂ ਸੇਲ ਆ ਵੀਰ ਹੋਣਾ, ਰੇਟ ਬਿਲਕੁਲ ਜਾਇਜ਼ ਹੁੰਦਾ ਅਤੇ ਅੱਜ ਨੇ ਪਸ਼ੂ ਬਹੁਤ ਜਾਇਜ਼ ਕੀਮਤ ਦਿਖਾਵਾਂਗੇ ਤੁਹਾਨੂੰ। ਅਤੇ ਆਓ ਹੁਣ ਵੀਰ ਹੁਣ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਕਿੱਦਾਂ? ਠੀਕ ਆ, ਵਧੀਆ ਵਧੀਆ। ਸਭ ਠੀਕ ਠਾਕ ਹੈ? ਠੀਕ ਆ, ਵਧੀਆ ਵਧੀਆ। ਤੁਸੀਂ ਸੁਣਾਓ ਜੀ? ਵਧੀਆ ਚੱਲ ਰਿਹਾ ਕੰਮ? ਵਧੀਆ ਕੰਮ ਚੱਲਦਾ ਵਧੀਆ। ਮੈਂ ਕਿਹਾ ਮਾਂ ਕਰੋ ਤੁਹਾਨੂੰ ਮੈਂ ਕਿਹਾ ਮਾਂ। ਅੱਜ ਕਿੰਨੇ ਜੀ? ਅੱਜ ਆਪਣੇ ਕੋਲੇ 6 ਮੱਝਾਂ ਇੱਕ ਗਾਂ ਜੀ। ਆ ਜਾਓ ਫਿਰ ਦੱਸੋ। ਆ ਤੀਜਾ ਸੂਆ ਮੈਂ ਸੂਈ ਹੈ ਜੀ ਆਪਣੇ। ਹਾਂਜੀ, ਜਿਹੜੀ ਆਪਾਂ ਘਰੇ ਉਧਰ ਵਿਖਾਈ ਸੀ ਉਹ ਵੇਚ ਰਹੇ ਹਾਂ। ਠੀਕ ਆ। ਹਾਂਜੀ, ਦੁੱਧ ਹੁਣ ਇਸ ਟਾਈਮ ਕਿੰਨਾ? ਦੁੱਧ ਇਸ ਟਾਈਮ 13.5-14 ਲੀਟਰ ਤਿਆਰ ਆ ਜੀ। 13.5-14 ਲੀਟਰ ਤਿਆਰ ਆ ਜਮਾ। ਖੋਲੋ ਫਿਰ ਚਵਾਚ ਬਿਲਕੁਲ ਵੀਰ ਜੀ ਵਧੀਆ। ਬਿਲਕੁਲ ਸਾਰੀਆਂ ਮੱਝਾਂ ਇੱਕ ਨੰਬਰ। ਕੱਟਾ ਕੱਟੀ ਕੱਟੀ ਆਈ ਮਗਰ ਵਾਹ ਜੀ, ਕੱਟੀ ਵਿੱਚ ਬਹੁਤ ਸੋਹਣੀ ਆ ਗਈ ਆ। ਦੇਖੋ ਟੇਡੇ ਕੱਟ ਵਾਲੀ ਤੇ ਚੰਗੀ ਝੋਟੀ ਆ, ਸੋਹਣੀ ਝੋਟੀ। ਚਲੋ ਵੀਰ ਹੁਣ ਘਰ ਦੀ ਜਿਹੜਾ ਤੁਹਾਡੀ ਜੀ ਲਿਆਂਦੀ ਆ ਬਾਪ ਆਪਣੇ ਮਾਮੇ ਤੋਂ ਲਿਆਂਦੀ ਘਰ ਦੀ। ਠੀਕ ਹੈ ਨੇ, ਬਹੁਤ ਚੰਗੀ ਮੈਂ ਆਵਾਂ। ਆ ਜਾਓ ਆ ਜਾਓ ਆ ਜਾਓ ਬੈਠੇ। ਇਹ ਕਹਿੰਦੇ ਮੂੰਹ ਮਾਂ ਦਿਖਾਓ ਫਿਰ ਇੱਕ ਬਸ ਲੈ ਚਲੋ। ਰੇਟ ਵੀ ਜੈ ਜੀ ਪਹਿਲੇ ਫੋਨ ਤੇ ਬੁੜਕਣ ਠੀਕ ਨਾ। ਹਾਂਜੀ ਸਵਾ ਛੋੜ ਆਪ ਹੀ ਕਰ ਦੋ ਜਿਹਨੇ ਮਰਜ਼ੀ ਕਰ ਦਾਂਗੇ। ਚਲੋ ਜਾਣ ਦੋ ਠੀਕ ਆ। ਤੇ ਆਹ ਜੀ ਹਾਂਜੀ ਇਹ ਸੂਈ ਆ ਅੱਜ ਚੌਥਾ ਦਿਨ ਸੂਈ ਨੂੰ ਮਗਰ ਕੱਟੀ ਆ ਜੀ। ਅਜਾ ਕੱਟੀ ਆ ਗਈ ਹਾਂਜੀ। 10 ਕਿਲੋ ਬੋਲਾ ਤਿਆਰ ਆਈ ਇਹਦੇ ਥੱਲੇ। ਮੈਂ ਵੀ ਬਹੁਤ ਚੰਗੀ ਆ। 16 ਕਿਲੋ ਦੀ ਗਾਰੰਟੀ ਆਈ ਆਪਣੇ ਕੋਲ। ਬਹੁਤ ਚੰਗੀ ਹਾਂਜੀ। ਇਹ ਵੀ ਖੋਲੋ ਤੀਜਾ ਸੂਆ ਜੀ। ਲਓ ਜੀ ਤੀਜਾ ਸੂਆ ਝੋਟੀ ਆ ਤੇ ਸੋਹਣੀ ਝੋਟੀ ਦੁੱਧ ਲੰਮੀਆਂ ਸਾਰੀਆਂ। ਹਾਂਜੀ ਆ ਜੀ। ਐਡਾ ਸਾਰਾ ਗਾਂ ਨੂੰ ਵੇ ਪਰ ਹੈ ਮੈਂ ਦੁੱਧ ਵਾਲੀ ਇਹਦੀ ਤੁਰਦੀ ਪੂਰਾ ਦਿਖਾਉਂਦੀ। ਹਾਂਜੀ ਹਾਂ ਅਜੇ ਟਾਈਮ ਵੀ ਨਾਲੇ ਕੋਈ ਨਹੀਂ। ਬਿਲਕੁਲ ਬਿਲਕੁਲ 10 ਵਜੇ ਆਣਾ ਜੀ। 11 ਹੀ ਵਜ ਗਏ 5 ਮਿੰਟ ਘੱਟ। ਹਾਂਜੀ 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 ਬਸ ਛੋੜ ਹੀ ਕਰੀਏ ਬਸ ਹਾਂਜੀ ਦੋ ਕਰ ਦੇਣੇ 6 ਦੀ। ਚਲੋ ਠੀਕ ਆ ਬਸ ਠੀਕ ਆ। ਤੇ ਆਹ ਜੀ ਇਹ ਵੀ ਤੀਜਾ ਸੂਆ ਜੀ। ਦੁੱਧ 13.5-13 ਲੀਟਰ ਤਿਆਰ ਆ। 13.5 ਕਿਲੋ ਦਾ ਹੈਗਾ। ਲਓ ਜੀ ਇਹ ਵੀ ਦਿਖਾਓ। ਲਓ ਜੀ ਇਹ ਵੀ ਦੇਖੋ 13 ਪਲੱਸ ਵੱਡੀ ਮੈਂ ਆਵਾਂ ਸੋਹਣੀ ਝੋਟੀ ਤੋਰ ਲਓ ਜੀ। ਬਿਲਕੁਲ ਜੀ ਵੱਡੀ ਹੈ ਜੀ ਵੱਡੀ ਆ ਜਾਓ। ਹਾਂਜੀ ਭਾਜੀ ਇਹ ਵੀ ਖੋਲੋ ਇਹ 12 ਕਿਲੋ ਬੋਲ ਆਈ ਕੋਈ। ਲਓ ਜੀ ਇਹ ਵੀ ਦੇਖੋ ਮਈਆਂ ਸਾਰੀਆਂ ਚੰਗੀਆਂ ਤੇ ਭਾਅ ਵਿੱਚ ਆ ਮਈਆਂ ਵੇਖੋ ਕਰਾ ਦੇ ਆ ਜਾ। ਹੁਣ ਜਿਹਨੂੰ ਮਹਿੰਗੇ ਲੱਗਣੇ ਉਹਨੇ ਮਹਿੰਗੇ ਲੱਗਣੇ ਹੀ ਲੱਗਣੀਆਂ ਕਹਿੰਦੇ ਬਾਈ ਜੀ ਹੁਣ ਗਾਂਹ ਖੜਾ ਸਸਤੇ ਮਿਲੀ ਜਾਂਦੀਆਂ। ਠੀਕ ਹੈ ਦੁੱਧ ਚੰਗੇ ਦੁੱਧ ਲੈ ਵੀਰੇ ਐਂ ਮਿਲਣੀ ਆ ਉਹਦਾ ਚੰਗੀ ਦਾ ਹੀ ਚੰਗਾ ਰੇਟ। ਹਾਂ ਬਿਲਕੁਲ ਬਿਲਕੁਲ ਹਾਂਜੀ ਬਾਈ ਜੀ ਇਹਦਾ 95 ਆ ਤੇ 93 ਦੇ ਦਈਏ 90 ਹੀ ਦੇ ਦੇ 90,000 ਦੀ72,000 ਹੈ 70 ਦੀ ਜਾਣ ਦੇ ਯਾਰ ਜਾਣ ਦੇ ਕੁਛ ਨਹੀਂ ਪਹਿਲਾਂ 68 ਦੀ ਹੁਣ 70,000 ਕੋਈ ਨਹੀਂ ਫਿਰ ਚਲੋ ਤੁਹਾਡੀ ਹੁਣ ਮਿਹਨਤ ਵੀ ਲੱਗੀ ਆ। ਹਾਂਜੀ ਹਾਂਜੀ ਤੇ ਆਹ ਵੀਰੇ ਹਾਂਜੀ ਇਹ ਵੀ ਤੀਜਾ ਦਾ ਤਾਂ ਸੂਆ ਹੋਊਗੀ। ਹਾਂਜੀ ਤੇ ਹਫਤੇ ਦੀ ਇਹ ਕੱਚੀ ਹੈ ਜੀ। ਅੱਛਾ ਹਫਤੇ ਦੀ ਕੱਚੀ ਆ ਇਹ ਵੀ ਦਿਖਾ ਦੋ ਫਿਰ ਨੀਲੀ ਜਿਹੀ ਬੰਦੀ ਹੈ ਮਈਆਂ ਫਿਰ ਇਧਰੋਂ ਹੀ ਲਾ ਕੇ ਖਰੀਦਦੇ ਆ ਆਪਣੇ ਆਪਣੇ ਲੋਕਲ ਨਹੀਂ ਆ ਬਹੁਤ ਮਾਲ ਇੱਥੇ ਵਾਧੂ ਵਾਧੂ ਬਸ ਠੀਕ ਆ।
ਆ ਜਾਓ ਜੀ ਲਾਸਟ ਵੀ ਸੀ ਆ ਲਾਸਟ ਹੀ ਹੈ ਇੱਕ ਗਾਂ ਰਹਿ ਗਈ ਮੁੱਲ ਹੋ ਜਾਂਦਾ ਫਿਰ ਮੁੱਲ ਉਵੇਂ ਤਾਂ 90 ਆਈ ਦੋ ਛੱਡ ਦਈਏ 88 85 85 ਹਜ਼ਾਰ ਦੀ ਚਲੋ ਹਾਂ ਨਾ ਜੀ ਹਨਾ ਲੈਣ ਦੇਣ ਵਾਲੇ ਨਾਲ ਕੰਮ ਹੀ ਆ ਬਸ ਠੀਕ ਆ ਆ ਜੀ ਵੀ ਅਗਲੇ 4 ਦਿਨ ਬਿਲਕੁਲ ਬਿਲਕੁਲ ਤੇ ਵੇਖੋ ਜੀ ਝੋਟੀਆਂ ਵੇਲੇ ਸਾਰੀਆਂ ਕੈਮ ਝੋਟੀਆਂ ਬਿਲਕੁਲ ਇੱਕ ਗਾਂ ਵੀ ਇਹ ਗਾਂ ਸੂਈ ਹੈ ਜੀ कीमत ਇੰਦੀ ਉਮਰ ਦਾ 45 ਹੈ 42 ਦੀ ਦੇ ਦਈਏ 40 ਦੋ ਛੱਡ ਦੋ 38000 ਦੇ ਦਾਂਗੇ ਪਰ ਜਾਣ ਦੋ ਦੇਖੋ ਜੀ ਆ ਪਸ਼ੂ ਸੇਲ ਆ ਬਾਈ ਅੰਕਲ ਜੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਚੰਗੇ ਝੋਟੀਆਂ ਸੋਹਣੇ ਝੋਟੀਆਂ ਕੱਟੀ ਵੀ ਨਾਲ ਹੀ ਆ ਕੱਟੀ ਵੀ ਹੋਈ ਹੈਗੀ ਲਿਆਓ ਇੱਧਰ ਲਿਆਓ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਖੀਰੀ ਆਈ ਮੂੰਹ ਹਰੇ ਪੌਣੇ ਕੁ ਦੋ ਸਾਲ ਲੱਗ ਗਿਆ ਅੱਛਾ ਹਾਂਜੀ ਲੈ ਲਿਆਓ ਇਹਦਾ ਮੁੱਲ ਫਿਰ ਇਹਦਾ ਮੁੱਲ 25000 ਦੀ ਰਹਿਣਾ ਚਲੋ ਹੋਰ ਛੱਡ ਦਿੰਦੇ पिंड कलास जिला फिरोजपुर नंबर 95014 6937 सत श्री अकाल।